हेलो एवरीवन, तुसी देख रहे हैं यूट्यूब चैनल ऑल इन वन। अज तुहानू मिलावांगे जी लाड़का ब्रदर नाल, जिन्हां दा के चाट भंडार आ भासों दे विच पटियाले दे कोले। इन्हां बाईआं दे हत्थां च इन्ना कमाल आ वी वड्डे वड्डे पंजाबी सिंगर वी इन्हां कोले खड़ के जांदे ने, ते इन्हां दे गोल गप्पे दही भल्ले आलू वालियां टिक्कियां खा के जांदे ने। कुछ पंजाबी सिंगर दी आपां तुहाडे नाल फोटो भी सांझियां करांगे अगले वीडियो च। वो फोटो भी बाई ने आपदे मोबाइल विच दित्तियां सी, कुछ दियां बाई कोले फोटो है नहीं सी। ਇਹ ਨਹੀਂ ਪੰਜਾਬੀ ਮਸ਼ਹੂਰ ਸਿੰਗਰ ਰਾਜਵੀਰ ਜਵੰਦਾ ਜੀ, ਜਿਹਨੂੰ ਸਾਰੇ ਜਾਣਦੇ ਹਾਂ। ਪਹਿਲਾਂ ਜਦੋਂ ਕਈ ਵਾਰੀ ਭਾਸ ਵਿੱਚ ਦੀ ਲੰਘਦੇ ਹੁੰਦੇ ਸੀ ਚੰਡੀਗੜ੍ਹ ਵੱਲ ਨੂੰ, ਪਹਿਲਾਂ ਪਤਾ ਨਹੀਂ ਸੀ ਹੁੰਦਾ। ਇੱਕ ਵਾਰੀ ਜੱਸੀ ਸਰਪੰਚ ਆਪਣੇ ਵੀਰ ਨੇ ਦੱਸਿਆ ਆਪਾਂ ਨੂੰ ਵੀ ਇਹ ਬਾਈ ਹੋਣੀ ਬਹੁਤ ਮਸ਼ਹੂਰ ਨੇ ਇੱਥੇ ਦੇ, ਇਹਨਾਂ ਦੇ ਗੋਲ ਗੱਪੇ ਹੋ ਗਏ, ਟਿੱਕੀਆਂ ਹੋ ਗਈਆਂ, ਦਹੀਂ ਭੱਲੇ ਹੋ ਗਏ, ਬਹੁਤ ਵਧੀਆ ਹੁੰਦੇ ਨੇ। ਇੱਕ ਦਿਨ ਫਿਰ ਅਸੀਂ ਜਾ ਕੇ ਖਾ ਕੇ ਵੀ ਦੇਖਿਆ, ਬਹੁਤ ਵਧੀਆ ਬਣੀਆਂ ਹੋਈ ਤੀ ਸਾਰੀਆਂ ਆਈਟਮਾਂ। ਬਾਕੀ ਬਾਈ ਹੋਣੀ ਸਾਫ਼ ਸਫਾਈ ਦਾ ਬਹੁਤ ਧਿਆਨ ਰੱਖਦੇ ਨੇ, ਪੂਰੀ ਸਾਫ਼ ਸਫਾਈ ਹੁੰਦੀ ਆ। ਜੇ ਤੁਸੀਂ ਵੀ ਕਦੇ ਭਾਸ ਵਿੱਚ ਦੀ ਜਾਂਦੇ ਹੋ ਤਾਂ ਬਾਈ ਹੋਣੀਆਂ ਕੋਲ ਜ਼ਰੂਰ ਮਿਲ ਕੇ ਜਾਇਓ। ਬਾਈ ਹੋਣੀਆਂ ਦਾ ਟਾਈਮ ਹੈਗਾ ਜੀ ਸ਼ਾਮ ਦੇ 3 ਤੋਂ ਲੈ ਕੇ 7-8 ਵਜੇ ਤੱਕ, ਅਤੇ ਬਾਈ ਹੋਣੀਆਂ 7 ਸਾਲ ਹੋ ਗਏ ਕੰਮ ਕਰਦਿਆਂ ਨੂੰ। ਨਾਭੇ ਤੋਂ ਜਦੋਂ ਆਪਾਂ ਮਲੋਹ ਨੂੰ ਜਾਂਦੇ ਹਾਂ ਤਾਂ ਜਾਂਦੇ ਹੋਏ ਖੱਬੇ ਹੱਥੀ ਬਾਈ ਹੁਣੇ ਦੀ ਰੋਡ ਦੇ ਉੱਤੇ ਸਟਾਲ ਹੁੰਦੀ ਆ, ਬਾਕੀ ਇਹਨੂੰ ਮਰਜ਼ੀ ਪਤਾ ਕਰ ਸਕਦੇ ਹੋ ਬਾਈ ਹੁਣੀਆਂ ਦਾ ਐਡਰੈਸ, ਕੋਈ ਬਾਹਲਾ ਔਖਾ ਨਹੀਂ ਹੈਗਾ ਲੱਭਣਾ। ਇਹ ਨੇ ਜੀ ਮਸ਼ਹੂਰ ਪੰਜਾਬੀ ਗਾਇਕ ਗੁਰਨਾਮ ਭੁੱਲਰ, ਇਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੋ। ਅਤੇ ਇਹ ਨੇ 5 ਤਰ੍ਹਾਂ ਦੇ ਪਾਣੀ ਵਾਲੇ ਗੋਲ ਗੱਪੇ ਜੀ। ਪਹਿਲਾਂ ਪੁਦੀਨੇ ਵਾਲਾ ਸੀ ਜੀ, ਦੂਜਾ ਹੈਗਾ ਜੀ ਆਪਣੇ ਇਹ ਜੀਰੇ ਵਾਲਾ, ਇਸ ਤੋਂ ਬਾਅਦ ਆਊ ਜੀ ਵਾਰੀ ਤੀਜੇ ਦੀ। ਤੀਜਾ ਹੈਗਾ ਜੀ ਕਾਲੀ ਮਿਰਚ ਵਾਲਾ ਜੀ, ਇਸ ਤੋਂ ਬਾਅਦ ਚੌਥਾ ਜੀ ਚੌਥਾ ਹੈਗਾ ਜੀ ਆਪਣੇ ਹਿੰਗ ਵਾਲਾ। ਇਸ ਤੋਂ ਬਾਅਦ ਅਗਲੀ ਵਾਰੀ ਜੀ ਪੰਜਵੇਂ ਦੀ, ਪੰਜਵਾਂ ਹੈਗਾ ਜੀ ਆਪਣੇ ਇਹ ਲੈਚੀ ਵਾਲਾ ਜੀ, ਅਤੇ ਇਸ ਤੋਂ ਬਾਅਦ ਆਖਰੀ ਹੁੰਦਾ ਜੀ ਦਹੀਂ ਵਾਲਾ।